ਤਰਨਤਾਰਨ ਪੁਲਿਸ ਨੇ ਜਾਲੀ ਭਾਰਤੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੈਂਬਰਾਂ ਨੂੰ 8 ਲੱਖ ਰੁਪਏ ਦੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਨੋਟ ਤਿਆਰ ਕਰਨ ਵਾਲਾ ਪ੍ਰਿੰਟਰ ਵੀ ਬਰਾਮਦ ਕੀਤਾ। ਇੱਥੇ ਦੱਸ ਦਈਏ ਕਿ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ। ਐਸਪੀਡੀ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। 8 ਲੱਖ ਰੁਪਏ ਦਾ ਜਾਲੀ ਕਰੰਸੀ ਬਰਾਮਦ ਹੋਈ ਹੈ ਤੇ ਇੱਕ ਸਕੈਨਰ ਬਰਾਮਦ ਹੋਇਆ ਜਿਹੜਾ ਜਿੱਥੇ ਜਾਲੀ ਨੋਟ ਤਿਆਰ ਕਰਦੇ ਸੀ। ਜਿਹੜੇ ਮੋਟਰਸਾਈਕਲ ਆ ਉਹ ਵੀ ਦੋਵੇਂ ਬਿਨਾਂ ਨੰਬਰੀ ਆ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਹ ਦੋਸ਼ੀ ਹੈਗੇ ਆ ਲਖਵਿੰਦਰ ਸਿੰਘ ਆ, ਇੱਕ ਫਤਿਹਗੜ੍ਹ ਪੰਜਤੂਰ ਦਾ ਮੋਗੇ ਜ਼ਿਲ੍ਹੇ ਦਾ, ਇੱਕ ਅੰਗਰੇਜ਼ ਸਿੰਘ ਆ ਬਹਿਕ ਪਛਾੜੀਆਂ ਜੀਰੇ ਇਲਾਕੇ ਦਾ ਫਿਰੋਜ਼ਪੁਰ ਜ਼ਿਲ੍ਹੇ ਦਾ, ਇੱਕ ਕਮਲਜੀਤ ਸਿੰਘ ਆ ਸਿਧਵਾਂ ਪੇਟ ਦਾ ਲੁਧਿਆਣੇ ਜ਼ਿਲ੍ਹੇ ਦਾ, ਇੱਕ ਬਲਵਿੰਦਰ ਸਿੰਘ ਆ ਮਕਸੂਦ ਥਾਣਾ ਮਕਸੂਦਾਂ ਦਾ, ਹੀਰਾਪੁਰ ਥਾਣਾ ਮਕਸੂਦਾਂ ਦਾ ਜਲੰਧਰ ਦਾ। ਇਹਨਾਂ ਨੇ ਗੈਂਗ ਬਣਾਇਆ ਸੀ ਇੱਕ, ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਇਹਨਾਂ ਦਾ ਨੈਟਵਰਕ ਸੀ, ਕਿਉਂਕਿ ਅਲੱਗ ਅਲੱਗ ਜ਼ਿਲ੍ਹਿਆਂ ਦੇ ਇਹਨਾਂ ਗੈਂਗ ਬਣਾਇਆ ਸੀ ਜਿਹੜਾ ਇਹ ਜਾਲੀ ਕਰੰਸੀ ਦਾ ਕੰਮ ਕਰਦੇ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹਨਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਤਰਨਤਾਰਨ ਤੋਂ ਸੁਖਜਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਆਈ ਐਮ ਸੁਪ੍ਰਿਆ ਗੇਰਾ, ਆਈ ਐਮ 20 ਈਅਰ ਇੰਜੀਨੀਅਰਿੰਗ ਸਟੂਡੈਂਟ। ਸੋ ਆਈ ਜੁਆਇਨ ਬੋਡੀ ਫੈਬ ਅਬਾਊਟ 3 to 4 ਮੰਥਸ ਬੈਕ ਐਂਡ ਮੈਨੇ ਆਪਣੀ ਵੇਟ ਲੋਸ ਜਰਨੀ 84 ਕੇਜੀ ਸੇ ਸਟਾਰਟ ਕਰੀ ਥੀ ਐਂਡ ਨਾਓ ਆਮ ਅਬਾਊਟ 69 ਕੇਜੀ। ਆਈ ਸਟਰੋਂਗਲੀ ਰਿਕਮੈਂਡ ਜੋ ਆਪਣਾ ਵੇਟ ਲੋਸ ਕਰਨਾ ਚਾਹਤੇ ਹੈ, ਜੋ ਓਬੇਸਿਟੀ ਸੇ ਬਾਹਰ ਆਉਣਾ ਚਾਹਤੇ ਹੈ, ਜੋ ਆਪਣੇ ਹੈਲਥ ਇਸ਼ੂਜ਼ ਕੋ ਇੰਪਰੂਵ ਕਰਨਾ ਚਾਹਤੇ ਹੈ, ਆਪਣੀ ਈਟਿੰਗ ਹੈਬਿਟਸ ਕੋ ਇੰਪਰੂਵ ਕਰਨਾ ਚਾਹਤੇ ਹੈ, ਬੋਡੀ ਫੈਬ ਇਜ਼ ਦ ਰਾਈਟ ਪਲੇਸ ਟੂ ਗਾਈਡ ਯੂ। ਸਾਡਾ ਅੱਜ ਤੋਂ ਵੇ ਸਜਣਾ।